ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡੇਲ ਕਾਰਨੇਗੀ ਦੁਆਰਾ ਲਿਖੀ ਕਿਤਾਬ ਲੋਕ ਵਿਹਾਰ। ਦੂਸਰਾ ਖੰਡ, ਲੋਕਾਂ ਦਾ ਪਿਆਰਾ ਬਣਨ ਦੀਆਂ 6 ਵਿਧੀਆਂ। ਪਹਿਲਾ ਅਧਿਆਇ, ਇਹ ਕਰੋ ਤਾਂ ਸਭ ਕਿਤੇ ਤੁਹਾਡਾ ਸਵਾਗਤ ਹੋਵੇਗਾ। ਮਿੱਤਰ ਬਣਾਉਣ ਦੀ ਵਿਧੀ ਸਿੱਖਣ ਲਈ ਤੁਸੀਂ ਇਸ ਪੁਸਤਕ ਨੂੰ ਕਿਉਂ ਪੜ੍ਹਦੇ ਹੋ? ਉਸ ਦੇ ਗੁਰ ਦਾ ਅਧਿਐਨ ਕਿਉਂ ਨਹੀਂ ਕਰਦੇ? ਸੰਸਾਰ ਵਿੱਚ ਜਿਸ ਤੋਂ ਵੱਧ ਕੇ ਮਿੱਤਰ ਬਣਾਉਣ ਵਾਲਾ ਦੂਸਰਾ ਕੋਈ ਨਹੀਂ, ਉਹ ਕੌਣ ਹੈ? ਸ਼ਾਇਦ ਉਹ ਕੱਲ੍ਹ ਹੀ ਤੁਹਾਨੂੰ ਗਲੀ ਵਿੱਚ ਆਉਂਦਾ ਮਿਲੇ। ਜਦੋਂ ਤੁਸੀਂ ਉਸ ਤੋਂ 10 ਫੁੱਟ ਦੇ ਫਰਕ 'ਤੇ ਪਹੁੰਚੋਗੇ ਤਾਂ ਉਹ ਆਪਣੀ ਪੂੰਛ ਹਿਲਾਉਣ ਲੱਗੇਗਾ। ਜੇ ਤੁਸੀਂ ਠਹਿਰ ਕੇ ਉਸ ਨੂੰ ਥਪਕੀ ਦਿਓਗੇ ਤਾਂ ਉਹ ਇਹ ਦਿਖਾਉਣ ਦੇ ਲਈ ਕਿ ਉਹ ਤੁਹਾਨੂੰ ਕਿੰਨਾ ਪਸੰਦ ਕਰਦਾ ਹੈ ਮਾਰੇ ਖੁਸ਼ੀ ਦੇ ਉਛਲਣ ਲੱਗੇਗਾ, ਅਤੇ ਤੁਸੀਂ ਜਾਣਦੇ ਹੋ ਕਿ ਉਸ ਦੇ ਇਸ ਪ੍ਰੇਮ ਪ੍ਰਦਰਸ਼ਨ ਦੇ ਪਿੱਛੇ ਕੋਈ ਗੁਪਤ ਉਦੇਸ਼ ਨਹੀਂ ਹੈ। ਉਹ ਤੁਹਾਡੇ ਕੋਲ ਕੋਈ ਜਾਗੀਰ ਨਹੀਂ ਵੇਚਣਾ ਚਾਹੁੰਦਾ ਅਤੇ ਨਾ ਹੀ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਕੀ ਤੁਸੀਂ ਕਦੇ ਇਸ 'ਤੇ ਵਿਚਾਰ ਕੀਤਾ ਕਿ ਕੁੱਤਾ ਹੀ ਇੱਕ ਅਜਿਹਾ ਜੀਵ ਹੈ ਜਿਸ ਨੂੰ ਰੋਟੀ ਦੇ ਲਈ ਕੰਮ ਨਹੀਂ ਕਰਨਾ ਪੈਂਦਾ? ਮੁਰਗੀ ਨੂੰ ਅੰਡੇ ਦੇਣੇ ਪੈਂਦੇ ਹਨ, ਗਊ ਨੂੰ ਦੁੱਧ ਦੇਣਾ ਪੈਂਦਾ ਹੈ ਅਤੇ ਤੋਤੇ ਨੂੰ ਬੋਲਣਾ ਪੈਂਦਾ ਹੈ, ਪਰੰਤੂ ਕੁੱਤਾ ਤੁਹਾਨੂੰ ਪਿਆਰ ਦੇ ਕੇ ਹੀ ਆਪਣੀ ਜੀਵਿਕਾ ਪ੍ਰਾਪਤ ਕਰਦਾ ਹੈ। ਜਦੋਂ ਮੈਂ 5 ਵਰ੍ਹਿਆਂ ਦਾ ਸੀ, ਮੇਰੇ ਪਿਤਾ ਨੇ 50 ਸੈਂਟ ਵਿੱਚ ਇੱਕ ਛੋਟਾ ਜਿਹਾ ਪੀਲੇ ਵਾਲਾਂ ਵਾਲਾ ਪੀਲਾ ਮੁੱਲ ਲਿਆ ਸੀ। ਉਹ ਮੇਰੀ ਬਾਲ ਅਵਸਥਾ ਦਾ ਪ੍ਰਕਾਸ਼ ਅਤੇ ਆਨੰਦ ਸੀ। ਉਹ ਰੋਜ਼ ਤੀਸਰੇ ਪਹਿਰ ਲਗਭਗ 4:30 ਵਜੇ ਰਸਤੇ 'ਤੇ ਆਪਣੀਆਂ ਸੁੰਦਰ ਅੱਖਾਂ ਗੱਡੀ ਸਾਹਮਣੇ ਦੇ ਵਿਹੜੇ ਵਿੱਚ ਬੈਠ ਜਾਂਦਾ ਸੀ। ਜਿਉਂ ਹੀ ਉਹ ਮੇਰੀ ਆਵਾਜ਼ ਸੁਣਦਾ ਜਾਂ ਝਾੜੀ ਵਿੱਚੋਂ ਮੈਨੂੰ ਭੋਜਨ ਦੀ ਟੋਕਰੀ ਹਿਲਾਉਂਦੇ ਹੋਏ ਆਉਂਦੇ ਦੇਖਦਾ, ਉਹ ਗੋਲੀ ਦੀ ਤਰ੍ਹਾਂ ਭੱਜਦਾ, ਖੁਸ਼ੀ ਦੀਆਂ ਛਾਲਾਂ ਅਤੇ ਉਲਾਸ ਦੀ ਭੌਂ ਭੌਂ ਦੇ ਨਾਲ ਮੇਰਾ ਸਵਾਗਤ ਕਰਨ ਦੇ ਲਈ ਹਫਦਾ ਹੋਇਆ ਪਹਾੜ ਉੱਤੇ ਦੌੜ ਆਉਂਦਾ। ਟਿੱਪੀ 5 ਵਰ੍ਹੇ ਤੱਕ ਲਗਾਤਾਰ ਮੇਰਾ ਸਾਥੀ ਰਿਹਾ। ਫਿਰ ਇੱਕ ਦੁੱਖ ਭਰੀ ਰਾਤ ਨੂੰ ਮੈਂ ਉਸ ਨੂੰ ਕਦੇ ਨਹੀਂ ਭੁੱਲਾਂਗਾ। ਮੈਥੋਂ 10 ਫੁੱਟ ਦੇ ਅੰਤਰ ਉੱਤੇ ਉਹ ਮਰ ਗਿਆ। ਬਿਜਲੀ ਦੇ ਗਿਰਨ ਨਾਲ ਉਸ ਦੀ ਮੌਤ ਹੋ ਗਈ। ਟਿੱਪੀ ਦੀ ਮੌਤ ਮੇਰੇ ਬਾਲ ਕਾਲ ਦਾ ਇੱਕ ਦੁਖਾਂਤ ਸੀ। ਟਿੱਪੀ ਨੂੰ ਮਨੁੱਖੀ ਸ਼ਾਸਤਰ ਉੱਤੇ ਕਦੇ ਕੋਈ ਪੁਸਤਕ ਨਹੀਂ ਪੜ੍ਹੀ ਸੀ। ਤੈਨੂੰ ਪੜ੍ਹਨ ਦੀ ਜ਼ਰੂਰਤ ਵੀ ਨਹੀਂ ਸੀ। ਤੂੰ ਕਿਸੇ ਦੈਵੀ ਗਿਆਨ ਨਾਲ ਜਾਣਦਾ ਸੀ ਕਿ ਦੂਸਰੇ ਲੋਕਾਂ ਵਿੱਚ ਸੱਚੀ ਦਿਲਚਸਪੀ ਰੱਖਣ ਨਾਲ 2 ਮਹੀਨਿਆਂ ਵਿੱਚ ਜਿੰਨੇ ਮਿੱਤਰ ਬਣਾਏ ਜਾ ਸਕਦੇ ਹਨ, ਉਹਨੇ ਦੂਸਰੇ ਲੋਕਾਂ ਨੂੰ ਸਾਡੇ ਵਿੱਚ ਦਿਲਚਸਪੀ ਰੱਖਣ ਵਾਲਾ ਬਣਾਉਣ ਦਾ ਯਤਨ ਕਰਕੇ 2 ਵਰ੍ਹਿਆਂ ਵਿੱਚ ਵੀ ਨਹੀਂ ਬਣਾਏ ਜਾ ਸਕਦੇ। ਮੈਂ ਇਸ ਨੂੰ ਫਿਰ ਕਹਿੰਦਾ ਹਾਂ, ਦੂਸਰੇ ਲੋਕਾਂ ਵਿੱਚ ਦਿਲਚਸਪੀ ਲੈਣ ਨਾਲ ਅਸੀਂ 2 ਮਹੀਨੇ ਵਿੱਚ ਜਿੰਨੇ ਮਿੱਤਰ ਬਣਾ ਸਕਦੇ ਹਾਂ, ਉਹਨੇ ਦੂਸਰੇ ਲੋਕਾਂ ਨੂੰ ਸਾਡੇ ਵਿੱਚ ਦਿਲਚਸਪੀ ਲੈਣ ਵਾਲਾ ਬਣਾਉਣ ਦਾ ਯਤਨ ਕਰਕੇ 2 ਵਰ੍ਹੇ ਵਿੱਚ ਵੀ ਨਹੀਂ ਬਣਾ ਸਕਦੇ। ਫਿਰ ਵੀ ਮੈਂ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਅਤੇ ਤੁਸੀਂ ਵੀ ਜਾਣਦੇ ਹੋ ਜੋ ਦੂਸਰੇ ਲੋਕਾਂ ਨੂੰ ਬੁਰਾਈ ਜਾਂ ਹਾਸੇ ਮਖੌਲ ਦੁਆਰਾ ਆਪਣੇ ਵਿੱਚ ਦਿਲਚਸਪੀ ਰੱਖਣ ਵਾਲਾ ਬਣਾਉਣ ਦਾ ਯਤਨ ਕਰਦੇ ਹੋਏ ਜੀਵਨ ਵਿੱਚ ਭਾਰੀ ਭੁੱਲ ਕਰਦੇ ਹਨ। ਫਿਰ ਵੀ ਮੈਂ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਅਤੇ ਤੁਸੀਂ ਵੀ ਜਾਣਦੇ ਹੋ ਜੋ ਦੂਸਰੇ ਲੋਕਾਂ ਨੂੰ ਬੁਰਾਈ ਜਾਂ ਹਾਸੇ ਮਖੌਲ ਦੁਆਰਾ ਆਪਣੇ ਵਿੱਚ ਦਿਲਚਸਪੀ ਰੱਖਣ ਵਾਲਾ ਬਣਾਉਣ ਦਾ ਯਤਨ ਕਰਦੇ ਹੋਏ ਜੀਵਨ ਵਿੱਚ ਭਾਰੀ ਭੁੱਲ ਕਰਦੇ ਹਨ। ਨਿਸ਼ਚਿਤ ਹੀ ਇਸ ਨਾਲ ਕੰਮ ਨਹੀਂ ਬਣਦਾ। ਲੋਕਾਂ ਨੂੰ ਤੁਹਾਡੇ ਵਿੱਚ ਦਿਲਚਸਪੀ ਨਹੀਂ, ਉਹਨਾਂ ਨੂੰ ਮੇਰੇ ਵਿੱਚ ਦਿਲਚਸਪੀ ਨਹੀਂ, ਉਹਨਾਂ ਨੂੰ ਸਵੇਰ ਦੁਪਹਿਰੇ ਸ਼ਾਮ ਨੂੰ ਆਪਣੇ ਵਿੱਚ ਦਿਲਚਸਪੀ ਹੈ। ਸਭ ਤੋਂ ਜ਼ਿਆਦਾ ਕਿਸ ਸ਼ਬਦ ਦਾ ਪ੍ਰਯੋਗ ਹੁੰਦਾ ਹੈ? ਇਹ ਪਤਾ ਕਰਨ ਦੇ ਲਈ ਨਿਊਯਾਰਕ ਟੈਲੀਫੋਨ ਕੰਪਨੀ ਨੇ ਟੈਲੀਫੋਨ 'ਤੇ ਕੀਤੀ ਜਾਣ ਵਾਲੀ ਗੱਲਬਾਤ ਦਾ ਵਿਸਥਾਰ ਨਾਲ ਅਧਿਐਨ ਕੀਤਾ ਸੀ। ਤੁਸੀਂ ਅੰਦਾਜ਼ਾ ਲਾ ਲਿਆ ਹੋਵੇਗਾ, ਉਹ ਸ਼ਬਦ ਹੈ ਸਰਵਨਾਮ ਮੈਂ। ਆਈ ਮਾਈ ਟੈਲੀਫੋਨ ਦੇ 500 ਵਾਰਤਲਾਪਾਂ ਵਿੱਚ ਇਸ ਦਾ ਉਪਯੋਗ 3900 ਵਾਰ ਕੀਤਾ ਗਿਆ ਸੀ। ਮੈਂ 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 ਜਦੋਂ ਤੁਸੀਂ ਕਿਸੇ ਅਜਿਹੇ ਗਰੁੱਪ ਦਾ ਚਿੱਤਰ ਦੇਖਦੇ ਹੋ ਜਿਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਸ ਦਾ ਚਿੱਤਰ ਲੱਭਦੇ ਹੋ? ਜੇ ਤੁਸੀਂ ਸਮਝਦੇ ਹੋ ਕਿ ਲੋਕ ਤੁਹਾਡੇ ਵਿੱਚ ਦਿਲਚਸਪੀ ਰੱਖਦੇ ਹਨ ਤਾਂ ਇਸ ਪ੍ਰਸ਼ਨ ਦਾ ਉੱਤਰ ਦਿਓ। ਜੇ ਅੱਜ ਰਾਤ ਤੁਹਾਡੀ ਮੌਤ ਹੋ ਜਾਵੇ
ਤਾਂ ਤੁਹਾਡੀ ਸ਼ਬ ਯਾਤਰਾ ਦੇ ਨਾਲ ਕਿੰਨੇ ਲੋਕ ਹੋਣਗੇ? ਜਦੋਂ ਤੱਕ ਤੁਸੀਂ ਲੋਕਾਂ ਵਿੱਚ ਦਿਲਚਸਪੀ ਨਾ ਰੱਖਦੇ ਹੋਵੋ ਉਦੋਂ ਤੱਕ ਲੋਕ ਤੁਹਾਡੇ ਵਿੱਚ ਦਿਲਚਸਪੀ ਕਿਉਂ ਲੈਣ? ਹੁਣ ਆਪਣੀ ਪੈਨਸਿਲ ਲਵੋ ਅਤੇ ਆਪਣਾ ਉੱਤਰ ਇੱਥੇ ਲਿਖੋ। ਜੇ ਅਸੀਂ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਅਤੇ ਲੋਕਾਂ ਨੂੰ ਆਪਣੇ ਵਿੱਚ ਦਿਲਚਸਪੀ ਰੱਖਣ ਵਾਲਾ ਬਣਾਉਣ ਦਾ ਯਤਨ ਕਰਾਂਗੇ ਤਾਂ ਸਾਨੂੰ ਕਦੇ ਵੀ ਅਨੇਕ ਸੱਚੇ ਨਿਸ਼ਕਪਟ ਮਿੱਤਰ ਨਹੀਂ ਮਿਲ ਸਕਣਗੇ। ਮਿੱਤਰ ਅਤੇ ਸੱਚੇ ਮਿੱਤਰ ਉਸ ਢੰਗ ਨਾਲ ਨਹੀਂ ਬਣਾਏ ਜਾਂਦੇ। ਨੈਪੋਲੀਅਨ ਨੇ ਇਸ ਦੀ ਕੋਸ਼ਿਸ਼ ਕਰਕੇ ਦੇਖੀ ਸੀ। ਸ਼੍ਰੀਮਤੀ ਜੋਸਫਾਈਨ ਦੇ ਨਾਲ ਆਪਣੀ ਅੰਤਿਮ ਮੁਲਾਕਾਤ ਵਿੱਚ ਉਸਨੇ ਕਿਹਾ ਸੀ, ਜੋਸਫਾਈਨ, ਸੰਸਾਰ ਵਿੱਚ ਮੈਂ ਕਿਸੇ ਨਾਲੋਂ ਘੱਟ ਕਿਸਮਤ ਵਾਲਾ ਨਹੀਂ ਰਿਹਾ, ਫਿਰ ਵੀ ਇਸ ਸਮੇਂ ਸੰਸਾਰ ਵਿੱਚ ਤੂੰ ਹੀ ਇੱਕ ਅਜਿਹੀ ਹੈ ਜਿਸ 'ਤੇ ਮੈਂ ਭਰੋਸਾ ਕਰ ਸਕਦਾ ਹਾਂ। ਅਤੇ ਇਤਿਹਾਸਕਾਰਾਂ ਨੂੰ ਸ਼ੱਕ ਹੈ ਕਿ ਉਹ ਉਸ ਉੱਤੇ ਵੀ ਭਰੋਸਾ ਕਰ ਸਕਦਾ ਸੀ ਜਾਂ ਨਹੀਂ। ਵੀਨਸ ਦੇ ਪ੍ਰਸਿੱਧ ਮਨੋਵਿਗਿਆਨੀ ਸਵਰਗੀ ਐਲਫਰਡ ਐਡਲਰ ਨੇ ਵਟ ਲਾਈਫ ਸ਼ੁੱਡ ਮੀਨ ਟੂ ਯੂ ਨਾਂ ਦੀ ਇੱਕ ਪੁਸਤਕ ਲਿਖੀ ਸੀ। ਵਟ ਲਾਈਫ ਸ਼ੁੱਡ ਮੀਨ ਟੂ ਯੂ ਨਾਂ ਦੀ ਇੱਕ ਪੁਸਤਕ ਲਿਖੀ ਸੀ। ਉਸ ਵਿੱਚ ਉਹ ਕਹਿੰਦਾ ਹੈ, ਜੋ ਵਿਅਕਤੀ ਆਪਣੇ ਦੂਜੇ ਸਾਥੀ ਮਨੁੱਖਾਂ ਵਿੱਚ ਦਿਲਚਸਪੀ ਨਹੀਂ ਰੱਖਦਾ ਉਸਨੂੰ ਹੀ ਜੀਵਨ ਵਿੱਚ ਵੱਡੀਆਂ ਤੋਂ ਵੱਡੀਆਂ ਔਂਕੜਾਂ ਆਉਂਦੀਆਂ ਹਨ ਅਤੇ ਉਹੀ ਦੂਸਰਿਆਂ ਦੇ ਲਈ ਵੱਡੀ ਤੋਂ ਵੱਡੀ ਹਾਨੀ ਦਾ ਕਾਰਨ ਹੁੰਦਾ ਹੈ। ਅਜਿਹੇ ਹੀ ਵਿਅਕਤੀਆਂ ਤੋਂ ਸਭ ਮਨੁੱਖੀ ਅਸਫਲਤਾਵਾਂ ਉਤਪੰਨ ਹੁੰਦੀਆਂ ਹਨ। ਤੁਸੀਂ ਮਨੋਵਿਗਿਆਨ ਉੱਤੇ ਬੀਸੀਆਂ ਗਿਆਨ ਭਰੀਆਂ ਪੋਥੀਆਂ ਪੜ੍ਹ ਜਾਓ, ਤੁਹਾਨੂੰ ਇੱਕ ਵੀ ਕਥਨ ਅਜਿਹਾ ਨਹੀਂ ਮਿਲੇਗਾ ਜੋ ਤੁਹਾਡੇ ਅਤੇ ਮੇਰੇ ਲਈ ਇਸ ਤੋਂ ਜ਼ਿਆਦਾ ਮਹੱਤਵਪੂਰਨ ਹੋਵੇ। ਮੈਂ ਐਡਲਰ ਦੇ ਇਸ ਕਥਨ ਨੂੰ ਇਸ ਲਈ ਦੁਬਾਰਾ ਮੋਟੇ ਅੱਖਰਾਂ ਵਿੱਚ ਲਿਖਣ ਜਾ ਰਿਹਾ ਹਾਂ ਕਿ ਇਹ ਕਥਨ ਆਪਣੇ ਆਪ ਵਿੱਚ ਬਹੁਤ ਅਮੀਰ ਮਤਲਬ ਰੱਖਦਾ ਹੈ। ਜੋ ਵਿਅਕਤੀ ਆਪਣੇ ਦੂਸਰੇ ਸਾਥੀ ਮਨੁੱਖਾਂ ਵਿੱਚ ਦਿਲਚਸਪੀ ਨਹੀਂ ਰੱਖਦਾ ਉਸਨੂੰ ਹੀ ਜੀਵਨ ਵਿੱਚ ਵੱਡੀਆਂ ਤੋਂ ਵੱਡੀਆਂ ਔਂਕੜਾਂ ਆਉਂਦੀਆਂ ਹਨ ਅਤੇ ਉਹੀ ਦੂਸਰਿਆਂ ਦੇ ਲਈ ਵੱਡੀ ਤੋਂ ਵੱਡੀ ਹਾਨੀ ਦਾ ਕਾਰਨ ਹੁੰਦਾ ਹੈ। ਅਜਿਹੇ ਹੀ ਵਿਅਕਤੀ ਤੋਂ ਸਭ ਮਨੁੱਖੀ ਅਸਫਲਤਾਵਾਂ ਪੈਦਾ ਹੁੰਦੀਆਂ ਹਨ। ਇੱਕ ਵਾਰ ਮੈਂ ਨਿਊਯਾਰਕ ਯੂਨੀਵਰਸਿਟੀ ਵਿੱਚ ਛੋਟੀਆਂ ਕਹਾਣੀਆਂ ਲਿਖਣ ਦਾ ਕੋਰਸ ਕੀਤਾ ਅਤੇ ਇਸ ਕੋਰਸ ਦੇ ਦੌਰਾਨ ਇੱਕ ਉੱਘੀ ਪੱਤਰਿਕਾ ਦਾ ਐਡੀਟਰ ਸਾਡੀ ਕਲਾਸ ਲਿਆ ਕਰਦਾ ਸੀ। ਉਹ ਕਿਹਾ ਕਰਦਾ ਸੀ ਕਿ ਮੇਰੇ ਕੋਲ ਛਾਪਣ ਦੇ ਲਈ ਨਿਤ ਦਰਜਨਾਂ ਕਹਾਣੀਆਂ ਆਉਂਦੀਆਂ ਹਨ। ਥੋੜ੍ਹੇ ਜਿਹੇ ਪਹਿਰੇ ਪੜ੍ਹਨ 'ਤੇ ਮੈਂ ਅਨੁਭਵ ਕਰ ਸਕਦਾ ਹਾਂ ਕਿ ਕਹਾਣੀ ਦਾ ਲੇਖਕ ਲੋਕਾਂ ਨੂੰ ਪਸੰਦ ਕਰਦਾ ਹੈ ਜਾਂ ਨਹੀਂ। ਜੇ ਕਹਾਣੀ ਲੇਖਕ ਲੋਕਾਂ ਨੂੰ ਪਸੰਦ ਨਹੀਂ ਕਰਦਾ ਤਾਂ ਲੋਕ ਉਸਦੀਆਂ ਕਹਾਣੀਆਂ ਪਸੰਦ ਨਹੀਂ ਕਰਨਗੇ। ਕਹਾਣੀ ਲਿਖਣ ਦੇ ਸੰਬੰਧ ਵਿੱਚ ਵਾਰਤਾਲਾਪ ਕਰਦੇ ਹੋਏ ਇਸ ਅਨੁਭਵੀ ਸੰਪਾਦਕ ਦੇ ਨੇ ਦੋ ਵਾਰ ਠਹਿਰ ਕੇ ਉਪਦੇਸ਼ ਦੇਣ ਦੇ ਲਈ ਮਾਫ਼ੀ ਮੰਗੀ। ਉਸਨੇ ਕਿਹਾ, ਮੈਂ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਹਾਂ ਜੋ ਤੁਹਾਨੂੰ ਤੁਹਾਡਾ ਧਰਮ ਉਪਦੇਸ਼ਕ ਦੱਸੇਗਾ, ਪਰੰਤੂ ਯਾਦ ਰੱਖੋ ਜੇ ਤੁਸੀਂ ਸਫਲ ਕਹਾਣੀ ਲੇਖਕ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੋਕਾਂ ਵਿੱਚ ਦਿਲਚਸਪੀ ਲੈਣੀ ਪਵੇਗੀ। ਜੇ ਨਾਵਲ ਅਤੇ ਕਹਾਣੀ ਲਿਖਣ ਦੇ ਸੰਬੰਧ ਵਿੱਚ ਇਹ ਗੱਲ ਠੀਕ ਹੈ ਤਾਂ ਤੁਸੀਂ ਨਿਸ਼ਚਾ ਕਰ ਸਕਦੇ ਹੋ ਕਿ ਲੋਕਾਂ ਨਾਲ ਆਹਮਣੇ ਸਾਹਮਣੇ ਹੋ ਕੇ ਵਿਹਾਰ ਕਰਨ ਵਿੱਚ ਇਹ ਤਿਗੁਣੀ ਠੀਕ ਹੈ। ਪਿਛਲੀ ਵਾਰ ਜਦੋਂ ਹੋਵਰਡ ਥਰਸਟਨ ਬ੍ਰਾਡਵੇ ਵਿੱਚ ਆਇਆ ਤਾਂ ਮੈਂ ਇੱਕ ਰਾਤ ਉਸ ਦੇ ਕੱਪੜੇ ਪਹਿਨਣ ਵਾਲੇ ਕਮਰੇ ਵਿੱਚ ਬਿਤਾਈ। ਇਹ ਬਰਸਟਨ ਜਾਦੂਗਰਾਂ ਦਾ ਗੁਰੂ ਅਤੇ ਹੱਥ ਦੇ ਕੌਸ਼ਲ ਦਿਖਾਉਣ ਵਾਲਿਆਂ ਦਾ ਰਾਜਾ ਹੈ। ਉਹ 40 ਵਰ੍ਹਿਆਂ ਤੱਕ ਇੰਦਰਜਾਲ ਦਿਖਾ ਕੇ ਦਰਸ਼ਕਾਂ ਨੂੰ ਚਮਤਕਾਰਿਤ ਅਤੇ ਲੋਕਾਂ ਨੂੰ ਹੈਰਾਨੀ ਨਾਲ ਸੁੰਨ ਕਰਦਾ ਹੋਇਆ ਵਾਰ ਵਾਰ ਸਾਰੇ ਸੰਸਾਰ ਵਿੱਚ ਘੁੰਮਿਆ ਹੈ। 6 ਕਰੋੜ ਤੋਂ ਵੀ ਜ਼ਿਆਦਾ ਲੋਕ ਪੈਸੇ ਖਰਚ ਕੇ ਉਸਦੇ ਤਮਾਸ਼ੇ ਦੇਖ ਚੁੱਕੇ ਸਨ ਅਤੇ ਉਹ ਲਗਭਗ $2 ਕਰੋੜ ਕਮਾ ਚੁੱਕਿਆ ਹੈ। ਮੈਂ ਥਰਸਟਨ ਤੋਂ ਉਸਦੀ ਸਫਲਤਾ ਦਾ ਭੇਦ ਪੁੱਛਿਆ। ਨਿਸ਼ਚਿਤ ਹੀ ਉਸਦੀ ਸਿੱਖਿਆ ਦਾ ਇਸ ਦੇ ਨਾਲ ਕੋਈ ਸੰਬੰਧ ਨਹੀਂ। ਜਦੋਂ ਉਹ ਹਾਲੇ ਛੋਟਾ ਲੜਕਾ ਹੀ ਸੀ ਉਹ ਘਰੋਂ ਭੱਜ ਗਿਆ ਸੀ। ਉਹ ਬਾਹਰ ਸੁੱਕੀ ਘਾਹ ਦੇ ਢੇਰਾਂ ਵਿੱਚ ਸੌਂਦਾ ਸੀ, ਰੋਟੀ ਮੰਗ ਕੇ ਖਾਂਦਾ ਸੀ, ਰੇਲਵੇ ਸਟੇਸ਼ਨ ਉੱਤੇ ਲੱਗੇ ਹੋਏ ਸਾਈਨ ਬੋਰਡਾਂ ਨੂੰ ਦੇਖ ਦੇਖ ਕੇ ਪੜ੍ਹਨਾ ਸਿੱਖਦਾ ਸੀ। ਕਿ ਉਸਨੂੰ ਜਾਦੂ ਦਾ ਗਿਆਨ ਦੂਸਰਿਆਂ ਨਾਲੋਂ ਵਧੀਆ ਸੀ? ਨਹੀਂ। ਉਸਨੇ ਮੈਨੂੰ ਦੱਸਿਆ ਕਿ ਹੱਥ ਦੇ ਕੌਸ਼ਲ ਉੱਤੇ ਸੈਂਕੜੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਅਤੇ ਬੀਸੀਆਂ ਮਨੁੱਖ ਉਹਨਾਂ ਜਾਣਦੇ ਹਨ ਜਿੰਨਾ ਮੈਂ ਜਾਣਦਾ ਹਾਂ। ਪਰੰਤੂ ਉਸਦੇ ਕੋਲ 2 ਅਜਿਹੀਆਂ ਵਸਤੂਆਂ ਸਨ ਜੋ ਦੂਸਰਿਆਂ ਦੇ ਕੋਲ ਨਹੀਂ ਸਨ। ਪਹਿਲੀ ਇਹ ਕਿ ਤਮਾਸ਼ਾ ਦਿਖਾਉਂਦੇ ਸਮੇਂ ਉਹ ਜੋ ਰੋਸ਼ਨੀ ਕਰਦਾ ਸੀ ਉਸ ਵਿੱਚ ਆਪਣਾ ਵਿਅਕਤੀਤਵ ਪਾਉਣ ਦੀ ਉਸ ਵਿੱਚ ਯੋਗਤਾ ਸੀ।
ਉਹ ਇੱਕ ਚਤੁਰ ਮਦਾਰੀ ਸੀ। ਉਹ ਮਨੁੱਖੀ ਸੁਭਾਅ ਨੂੰ ਜਾਣਦਾ ਸੀ। ਜੋ ਕੁਝ ਵੀ ਉਹ ਕਰਦਾ ਸੀ ਉਸਦਾ ਪ੍ਰਤੱਖ ਇਸ਼ਾਰਾ, ਉਸਦੀ ਆਵਾਜ਼ ਦਾ ਹਰ ਇੱਕ ਉਤਾਰ ਚੜ੍ਹਾਅ, ਭਵਾਨ ਦਾ ਉੱਠਣਾ ਅਤੇ ਗਿਰਨਾ, ਇਹਨਾਂ ਸਭ ਦਾ ਅਭਿਆਸ ਉਸਨੇ ਪਹਿਲਾਂ ਤੋਂ ਕੀਤਾ ਹੁੰਦਾ ਸੀ ਅਤੇ ਉਸਦੀਆਂ ਕਿਰਿਆਵਾਂ ਦਾ ਸਮਾਂ ਇੱਕ ਇੱਕ ਪਲ ਤੱਕ ਵੰਡਿਆ ਰਹਿੰਦਾ ਸੀ। ਪਰੰਤੂ ਇਸਦੇ ਇਲਾਵਾ ਥਰਸਟਨ ਨੂੰ ਲੋਕਾਂ ਵਿੱਚ ਸੱਚੀ ਦਿਲਚਸਪੀ ਸੀ। ਉਸਨੇ ਮੈਨੂੰ ਦੱਸਿਆ ਕਿ ਜਾਦੂ ਦਾ ਖੇਲ ਦਿਖਾਉਣ ਵਾਲੇ ਅਨੇਕ ਮਦਾਰੀ ਦਰਸ਼ਕਾਂ ਵੱਲ ਦੇਖ ਕੇ ਆਪਣੇ ਮਨ ਵਿੱਚ ਕਹਿੰਦੇ ਹਨ, ਮੇਰੇ ਕੋਲ ਅੰਬ ਦੀ ਗੁਠਲੀ ਹੈ, ਮੈਂ ਇਹਨਾਂ ਸਭਨਾਂ ਨੂੰ ਮੂਰਖ ਬਣਾਵਾਂਗਾ। ਪਰੰਤੂ ਥਰਸਟਨ ਦੀ ਵਿਧੀ ਇਸ ਨਾਲੋਂ ਬਿਲਕੁਲ ਅਲੱਗ ਸੀ। ਉਸਨੇ ਮੈਨੂੰ ਦੱਸਿਆ ਕਿ ਜਦੋਂ ਜਦੋਂ ਵੀ ਮੈਂ ਤਮਾਸ਼ਾ ਕਰਨ ਸਟੇਜ ਉੱਤੇ ਜਾਂਦਾ ਹਾਂ, ਮੈਂ ਆਪਣੇ ਮਨ ਵਿੱਚ ਕਹਿੰਦਾ ਹਾਂ ਮੈਂ ਅਹਿਸਾਨਮੰਦ ਹਾਂ ਕਿਉਂਕਿ ਇਹ ਲੋਕ ਮੇਰਾ ਤਮਾਸ਼ਾ ਦੇਖਣ ਆਏ ਹਨ। ਇੰਨਾ ਹੀ ਦੇ ਪ੍ਰਤਾਪ ਨਾਲ ਮੈਂ ਇੱਕ ਬਹੁਤ ਹੀ ਸੁਹਾਵਣੇ ਢੰਗ ਨਾਲ ਰੋਜ਼ੀ ਕਮਾ ਰਿਹਾ ਹਾਂ। ਮੈਂ ਇਹਨਾਂ ਨੂੰ ਯਥਾ ਸੰਭਵ ਆਪਣੀ ਅੱਛੀ ਤੋਂ ਅੱਛੀ ਚੀਜ਼ ਦਿਖਾਵਾਂਗਾ। ਉਸਨੇ ਮੈਨੂੰ ਸਪੱਸ਼ਟ ਕਿਹਾ ਕਿ ਜਦੋਂ ਤੱਕ ਮੈਂ ਆਪਣੇ ਮਨ ਵਿੱਚ ਕਈ ਵਾਰ ਇਹ ਨਹੀਂ ਕਹਿ ਲੈਂਦਾ ਸੀ ਕਿ ਮੈਂ ਆਪਣੇ ਦਰਸ਼ਕਾਂ ਨਾਲ ਪ੍ਰੇਮ ਕਰਦਾ ਹਾਂ, ਮੈਂ ਆਪਣੇ ਦਰਸ਼ਕਾਂ ਨਾਲ ਪ੍ਰੇਮ ਕਰਦਾ ਹਾਂ, ਉਦੋਂ ਤੱਕ ਕਦੇ ਤਮਾਸ਼ਾ ਦਿਖਾਉਣ ਦੇ ਲਈ ਸਟੇਜ ਉੱਤੇ ਨਹੀਂ ਆਉਂਦਾ ਸੀ। ਕਿ ਉਸਦਾ ਇਹ ਕੰਮ ਹਾਸੋਹੀਣਾ ਬੇਹੂਦਾ ਹੈ? ਤੁਹਾਨੂੰ ਹੱਕ ਹੈ ਇਸ ਨੂੰ ਜੋ ਇੱਛਾ ਹੈ ਸਮਝੋ। ਮੈਂ ਤਾਂ ਬਿਨਾਂ ਕਿਸੇ ਟਿੱਕਾ ਟਿੱਪਣੀ ਦੇ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਇੱਕ ਯੋਗ ਹੈ ਜਿਸ ਦਾ ਉਪਯੋਗ ਸੰਸਾਰ ਦਾ ਇੱਕ ਬਹੁਤ ਪ੍ਰਸਿੱਧ ਇੰਦਰ ਜਾਲ ਕਰਿਆ ਕਰਦਾ ਸੀ। ਸ਼੍ਰੀਮਤੀ ਸੁਮਨ ਹੀਡ ਨੇ ਮੈਨੂੰ ਬਹੁਤ ਕੁਝ ਇਹੀ ਗੱਲ ਦੱਸੀ ਸੀ। ਇੰਨੇ ਦੁੱਖ ਭਰੇ ਜੀਵਨ ਦੇ ਹੁੰਦੇ ਕਿ ਜਿਸ ਦੇ ਕਾਰਨ ਉਸਨੇ ਇੱਕ ਵਾਰ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਮਾਰ ਦੇਣ ਦੀ ਕੋਸ਼ਿਸ਼ ਕੀਤੀ, ਇਸ ਸਭ ਦੇ ਹੁੰਦੇ ਉਹ ਸੰਗੀਤ ਵਿੱਦਿਆ ਵਿੱਚ ਦਿਨ ਬ ਦਿਨ ਉੱਨਤੀ ਕਰਦੀ ਗਈ, ਇੱਥੋਂ ਤੱਕ ਕਿ ਉਹ ਇੱਕ ਜਗਤ ਪ੍ਰਸਿੱਧ ਚੋਟੀ ਦੀ ਗਾਇਕਾ ਬਣ ਗਈ। ਉਸਨੇ ਵੀ ਸਵੀਕਾਰ ਕੀਤਾ ਕਿ ਮੇਰੀ ਸਫਲਤਾ ਦਾ ਇੱਕ ਰਹੱਸ ਇਹ ਹੈ ਕਿ ਮੈਂ ਲੋਕਾਂ ਵਿੱਚ ਗਹਿਰਾ ਅਨੁਰਾਗ ਰੱਖਦੀ ਹਾਂ। ਅਗਰ ਤੁਸੀਂ ਇਸ ਕਿਤਾਬ ਨੂੰ ਔਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।